ਫਿਰੋਜ਼ਪੁਰ ਪੁਲਿਸ ਵੱਲੋਂ ਥ੍ਰੀ ਵੀਲਰ ਅਤੇ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰਦਿਆਂ SSP ਫਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਵੱਲੋਂ ਥ੍ਰੀ ਵੀਲਰ ਅਤੇ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਗਰੋਹ ਵੱਖ ਵੱਖ ਸ਼ਹਿਰਾਂ ਤੋਂ ਥ੍ਰੀ ਵੀਲਰ ਅਤੇ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਦੇ ਚੈਸੀ ਨੰਬਰ ਟੈਂਪਰ ਕਰਕੇ ਗਲਤ ਕਾਗਜ਼ਾਤ ਅਤੇ ਜਾਅਲੀ RC ਤਿਆਰ ਕਰਕੇ ਵੇਚਦੇ ਸਨ। ਪੁਲਿਸ ਵੱਲੋਂ ਇਸ ਗਰੋਹ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। PSCT ਫਿਰੋਜ਼ਪੁਰ ਵੱਲੋਂ ਅੱਜ 2 ਅਕਿਊਜ਼ ਫੜੇ ਗਏ ਹੈ ਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ। ਟੋਟਲ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹੈ। ਇਹ ਗੈਂਗ ਫਿਰੋਜ਼ਪੁਰ ਮੇਂ ਪਿਛਲੇ 1-1.5 ਸਾਲ ਸੇ ਆਪਰੇਟ ਕਰ ਰਿਹਾ ਸੀਗਾ। ਇਹ ਲੋਕ ਬਠਿੰਡਾ ਅਤੇ ਜਲੰਧਰ ਵਾਂ ਦੀ ਗਾੜੀਆਂ ਚੁਰਾਉਂਦੇ ਸੀਗੇ, 3 ਵੀਲਰ ਚੁਰਾਉਂਦੇ ਸੀਗੇ। ਉਸ ਤੋਂ ਬਾਅਦ ਇੱਥੇ ਲਾ ਕੇ ਉਹਨਾਂ ਦਾ ਇੰਜਨ ਤੇ ਚੇਚੀ ਨੰਬਰ ਬਦਲਦੇ ਸੀਗੇ, ਨੰਬਰ ਪਲੇਟ ਬਦਲਦੇ ਸੀਗੇ ਤੇ ਨਾਲ ਨਾਲ ਜਾਅਲੀ ਡਾਕੂਮੈਂਟਸ ਵੀ RC ਵਗੈਰਾ ਬਣਾਉਂਦੇ ਸੀਗੇ। ਇਸ ਤੋਂ ਬਾਅਦ ਇਹ ਆ ਗਏ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਭੇਜ ਦਿੰਦੇ ਸੀਗੇ। ਇਹ ਗੈਂਗ ਪੂਰੀ ਤਰ੍ਹਾਂ ਤੋਂ ਫਿਰੋਜ਼ਪੁਰ 'ਚ ਆਪਰੇਟ ਕਰ ਰਿਹਾ ਸੀਗਾ। ਸਾਨੂੰ ਖਬਰ ਮਿਲੀ ਸੀ ਕਿ ਕੁਛ ਬੰਦੇ ਬਾਈਕ ਵੇਚ ਰਹੇ ਨੇ, ਪਰ ਇਸ ਇਨਪੁਟ 'ਚ ਕੰਮ ਕਰਦੇ ਕਰਦੇ ਸਾਡੀ ਸਿਟੀ ਦੀ ਟੀਮ ਨੇ SP ਇਨਵੈਸਟੀਗੇਸ਼ਨ ਰਣਧੀਰ, ਡੈਪਟੀ SP ਸਿਟੀ ਸੁਖਵਿੰਦਰ ਜੀ ਅਤੇ ਡੈਪਟੀ SP ਡੀ ਬਲਕਾਰ ਜੀ ਕੇ ਅੰਦਰ ਕਾਫੀ ਅੱਛੀ ਮਿਹਨਤ ਕੀਤੀ ਔਰ ਸਾਰੀ ਰਿਕਵਰੀ ਕਰ ਲਏ ਗਏ। ਇਸਮੇ 2 ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹੈ। ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ, ਉਸਦੇ ਉੱਪਰ ਵੀ ਪੁਰਾਣਾ ਇੱਕ ਪਰਚਾ ਹੈ। ਜਿਹੜਾ ਦੂਸਰਾ ਦੋਸ਼ੀ ਹੈ ਉਸਦੇ ਉੱਪਰ ਪੁਰਾਣਾ ਕੋਈ ਪਰਚਾ ਨਹੀਂ ਹੈ। ਕਿੱਥੋਂ ਦੇ ਰਹਿਣ ਵਾਲੇ ਹੈਗੇ ਮੈਮ? ਇਹ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਹੈ, ਉਹ ਤਰਨ ਤਾਰਨ ਦਾ ਹੈਗਾ। ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ। ਕਿਸ ਤਰ੍ਹਾਂ ਤਿਆਰ ਕਰਦੇ ਜਿਹੜੀ RC? ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ RC ਹੈਗੀ ਗਾੜੀਆਂ ਦੀ, ਇਹ ਜੋ ਵੀ ਜਾਅਲੀ RC ਬਣਾਉਂਦੇ ਸੀਗੇ ਉਸਦੇ ਕਦੀ ਮੈਂ ਆਪ ਨੂੰ ਦਿਖਾ ਵੀ ਦਿੰਦੀ ਹਾਂ, ਕਦੀ ਹੋਲੋਗ੍ਰਾਮ ਮੈਨੂਪੁਲੇਟ ਕਰਕੇ, ਕਦੀ ਕੁਛ ਕੁਛ ਕਰਕੇ, ਨੰਬਰ ਬਲਰਡ ਕਰਕੇ, ਉਹ ਕਰਕੇ ਇਹਨੂੰ ਅੱਗੇ ਭੇਜ ਦਿੰਦੇ ਸੀਗੇ। ਤੇ ਇਹ ਸਾਰਾ ਇਹਨਾਂ ਦੇ ਕੀ ਇੰਸਟਰੂਮੈਂਟ ਤੇ ਕਿਆ ਸਭ ਹੈ ਉਹ ਸਾਰਾ ਕੁਝ ਅਸੀਂ ਵਰਕਆਊਟ ਕਰ ਰਹੇ ਹਾਂ। ਇਹ RC ਬਣਾਉਂਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ, RT ਦਫ਼ਤਰ ਦੇ ਕੋਈ ਮੁਲਾਜ਼ਮ ਵੀ ਇਨਵੋਲਵ ਨਹੀਂ? ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ, ਕਿਸੇ ਵੀ ਸਰਕਾਰੀ ਮੁਲਾਜ਼ਮ ਕੀ ਸ਼ਮੂਲੀਅਤ ਮੁੱਢਲੀ ਤਫਤੀਸ਼ ਤੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅੱਗੇ ਜਿਵੇਂ ਜਿਵੇਂ ਤਫਤੀਸ਼ ਅੱਗੇ ਵਧਦੀ ਰਹੇਗੀ ਅਸੀਂ ਤੁਹਾਨੂੰ ਦੱਸਾਂਗੇ। ਇਹਨਾਂ ਕੋ ਕਿਹੜੇ ਫੜੇ ਗਏ ਆਟੋ, ਇਹ ਕਿੱਥੋਂ ਲੈ ਕੇ ਆਉਂਦੇ ਸੀ, ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਉਹਨਾਂ ਨੇ ਚੋਰੀ ਕੀਤੇ ਸੀਗੇ? ਟੋਟਲ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਹੋ ਚੁੱਕੀ ਹੈ। ਇਹ ਜਲੰਧਰ ਅਤੇ ਬਠਿੰਡਾ ਏਰੀਆ ਤੋਂ ਬਾਈਕ ਚੋਰੀ ਕਰਦੇ ਸੀਗੇ ਔਰ ਯਹਾਂ ਲਾ ਕੇ ਫਿਰੋਜ਼ਪੁਰ ਦੇ ਵਿੱਚ ਵੇਚਦੇ ਸੀਗੇ। ਆਫਟਰ ਮੈਨੂਪੁਲੇਸ਼ਨ ਆਫ ਦੇਅਰ ਨੰਬਰਸ ਐਂਡ ਮੈਨੂਪੁਲੇਸ਼ਨ ਆਫ RC ਐਂਡ ਅਦਰ ਡਾਕੂਮੈਂਟਸ। ਇਹ ਆਟੋ ਵੀ ਉਤੋਂ ਹੀ ਜਲੰਧਰ ਤੋਂ ਔਰ ਬਠਿੰਡਾ ਚੋਂ? ਹਾਂਜੀ, ਇਹ ਵਹੀਂ ਦੀ ਹੁਣ ਤੱਕ ਦੀ ਮੁੱਦੀ ਤਫਤੀਸ਼ 'ਚ ਯਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕੀ ਇਹ ਗਾੜੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀਗੇ। ਇਹ ਮੈਮ ਖੁਦ ਵੀ ਇਹਦਾ ਹੀ ਇਸਤੇਮਾਲ ਕਰਦੇ ਸੀ ਚੋਰੀ ਲਈ? ਜੀ, ਸਾਨੂੰ ਇਹੀ ਪਤਾ ਚੱਲਾ ਹੈ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਤੇ ਜਿਹੜੀ ਗਾੜੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਚੋਰੀ ਦੀ ਹੀ ਹੈਗੀ। ਜੀ, ਇਹ ਇੱਥੇ ਲਿਆ ਕੇ ਕਿਵੇਂ ਵੇਚਦੇ ਹੈਗੇ ਸੀਗੇ? ਜਦੋਂ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ, ਕਿਹਨਾਂ ਨੂੰ ਵੇਚਦੇ ਸੀ? ਇਹ ਫਿਰੋਜ਼ਪੁਰ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ MO ਇਸ ਪ੍ਰਕਾਰ ਸੀਗਾ ਕਿ ਇਹ ਨੰਬਰ 1 ਤੋਂ ਉਸਦੇ ਗਾੜੀ ਦਾ ਨੰਬਰ ਪਲੇਟ, ਇੰਜਨ ਨੰਬਰ ਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ। ਉਸ ਤੋਂ ਇਲਾਵਾ ਜਾਅਲੀ ਡਾਕੂਮੈਂਟ ਤੇ ਜਾਅਲੀ RC ਵਗੈਰਾ ਤਿਆਰ ਕਰਦੇ ਸੀਗੇ। ਜਿਹੜੇ ਵੀ ਆਟੋ ਚਾਲਕ ਹੈ ਫਿਰੋਜ਼ਪੁਰ ਦੇ ਅੰਦਰ ਜਾਂ ਜਿਹੜੇ ਵੀ ਇੱਦਾਂ ਦੇ ਗਰੀਬ ਬੰਦੇ ਹੈਗੇ ਜਿਹਨੂੰ ਉਹ ਜ਼ਰੂਰਤ ਸੀਗੀ, ਉਹਨਾਂ ਨੂੰ ਇਹ ਵੇਚਦੇ ਸੀਗੇ। ਇਹ ਖੁਦ ਪ੍ਰਟੈਂਡ ਕਰਦੇ ਸੀਗੇ ਕਿ ਇਹ ਵੀ ਆਟੋ ਚਾਲਕ ਹੈ ਔਰ ਉਹਨਾਂ ਨੂੰ ਵੇਚਦੇ ਸੀਗੇ ਕਿ ਉਹਨਾਂ ਦੀ ਗਾੜੀ ਹੈਗੀ ਔਰ ਇਹ ਫਰਦਰ ਇਸੇ ਤਰ੍ਹਾਂ ਤੇ ਗੈਂਗ ਆਪਰੇਟ ਕਰਦਾ ਸੀਗਾ। ਨਹੀਂ ਬਿਲਕੁਲ, ਤੁਸੀਂ ਦੇਖ ਵੀ ਸਕਦੇ ਹੋ ਸਾਡੀ ਚੈਕਿੰਗ ਆਲਰੇਡੀ ਚੱਲ ਵੀ ਰਹੀ ਹੈ
ਇਸਮੇ ਆਰਟੀਓ ਨੂੰ ਵੀ ਕਿਹਾ ਗਿਆ ਹੈ, ਉਹਨਾਂ ਨੂੰ ਵੀ ਰਿਕੁਐਸਟ ਕੀਤੀ ਗਈ ਹੈ ਕਿ ਜਿਹੜਾ ਵੀ ਇਨਕੇ ਸਾਰੇ ਡਾਕੂਮੈਂਟਸ ਹੈ ਉਹਨੂੰ ਪੁਖਤਾ ਕਰਾ ਦਿਆ ਜਾਏ। ਜਿਹੜੀ ਵੀ ਰਿਕੁਆਇਰਮੈਂਟ ਹੈ ਉਹ ਅਸੀਂ ਨਾਰਮਲੀ ਚੈੱਕ ਕਰ ਵੀ ਰਹੇ ਨੇ ਔਰ ਅੱਗੇ ਵੀ ਕਰਦੇ ਰਹਾਂਗੇ। ਇਹਨਾਂ ਤੋਂ ਹੋਰ ਤੋਂ ਕੰਮ ਕਰ ਰਹੇ ਸੀ, ਮੈਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਹੁਣ ਤੱਕ ਕਿੰਨੇ ਕੁ ਆਟੋ ਜਿਵੇਂ ਵੇਚ ਚੁੱਕੇ? ਮੁੱਢਲੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਹੁਣ ਤੱਕ ਪਿਛਲੇ 1-1.5 ਸਾਲ ਤੋਂ ਇਹ ਆਪਰੇਟ ਕਰ ਰਹੇ ਸੀਗੇ, 1-1.5 ਸਾਲ ਤੋਂ ਚੋਰੀ ਕਰ ਰਹੇ ਸੀਗੇ, ਡਾਕੂਮੈਂਟਸ ਤਿਆਰ ਕਰ ਰਹੇ ਸੀਗੇ ਔਰ ਅਭੀ ਤੱਕ ਇਹ ਸਾਰੀ ਕੀ ਸਾਰੀ ਜਿੰਨੀ ਰਿਕਵਰੀ ਹੈ, ਟੋਟਲ 18 ਵਹੀਕਲਸ ਦੀ ਰਿਕਵਰੀ ਇਹ ਸਾਰੀ ਚੋਰੀ ਦੀ ਹੈਗੀ ਔਰ ਹੁਣ ਤੱਕ ਦੀ ਪੜਤਾਲ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਇਹ ਸਾਰੀ ਰਿਕਵਰੀ ਹੋ ਚੁੱਕੀ ਹੈ। ਫਿਰ ਵੀ ਅਸੀਂ ਅੱਗੇ ਔਰ ਵੀ ਇਨਪੁਟ ਇਕੱਠਾ ਕਰ ਰਹੇ, ਜਦੋਂ ਕੁਝ ਸਾਹਮਣੇ ਆਏਗਾ ਤਾਂ ਅਸੀਂ ਉਸ ਤੇ ਉੱਪਰ ਵੀ ਕਾਰਵਾਈ ਅਸਲ ਮਿਲਾ ਲਾਂਗੇ। ਇਹਨਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਆ ਆਉਣ ਵਾਲੇ ਸਮੇਂ 'ਚ? ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਜੀ, ਇਹਨਾਂ ਦੀ ਅਸੀਂ ਰਿਮਾਂਡ ਲੈ ਕੇ ਜੋ ਵੀ ਪੁੱਛਗਿਛ ਹੈ ਉਹ ਅੱਗੇ ਵਧਾਉਂਦੇ ਜਾ ਰਹੇ ਹਾਂ। ਤਫਤੀਸ਼ ਹੁਣੇ ਸ਼ੁਰੂ ਹੋਈ ਹੈ, ਅੱਗੇ ਅਸੀਂ ਵਧੀਆ ਕੰਮ ਕਰਦੇ ਰਹਾਂਗੇ। ਇਸਮੇ ਕੋਈ ਇਨਕੇ ਸਾਥ ਸਰਕਾਰੀ ਬੰਦਾ ਵੀ ਇਨਵੋਲਵ ਥਾ? ਅਭੀ ਤੱਕ ਇਹ ਸਾਹਮਣੇ ਨਹੀਂ ਆਇਆ ਹੈ, ਅਭੀ ਤੱਕ ਇਹ ਸਾਹਮਣੇ ਨਹੀਂ ਆਇਆ ਹੈ, ਪਰ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਕ੍ਰੈਚ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਇੰਜਨ ਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ, ਨੰਬਰ ਪਲੇਟ ਬਦਲਦੇ ਸੀਗੇ ਔਰ ਜਿਹੜੇ ਜਾਲੀ ਡਾਕੂਮੈਂਟ ਹੈ ਇਹ ਕਰਦੇ ਸੀਗੇ। ਇਸ ਤੋਂ ਇਲਾਵਾ ਇਹ ਜਿਨਕੀ ਗਾੜੀ ਚੁਰਾਈ ਉਸੀ ਕੋ ਧੋਖਾ ਨਹੀਂ ਦਿੰਦੇ ਸੀਗੇ, ਨਾਲ ਨਾਲ ਤੇ ਜਿਨ੍ਹਾਂ ਨੂੰ ਵੇਚੀ ਉਹਨਾਂ ਨੂੰ ਵੀ ਧੋਖਾ ਦਿੰਦੇ ਸੀਗੇ ਕਿਉਂਕਿ ਇਹ ਸਾਰੇ ਕਾਗਜ਼ਾਤ ਅਸਲੀ ਦਿਖਾ ਕੇ ਫਿਰੋਜ਼ਪੁਰ ਦੇ ਗਰੀਬ ਬੰਦੋ ਨੂੰ 3-wheeler ਵੇਚਦੇ ਸੀਗੇ ਔਰ 30 ਤੋਂ ਲੈ ਕੇ 70 ਹਜ਼ਾਰ ਤੱਕ ਮੇ ਉਸ 3-wheeler ਦੀ ਵਿਕਰੀ ਕਰਦੇ ਸੀਗੇ। ਕਾਫੀ ਮਿਹਨਤ ਕੀਤੀ ਹੈ ਸਾਡੀ ਟੀਮ ਨੇ, ਬਹੁਤ ਕੋਸ਼ਿਸ਼ ਕਰਕੇ ਇਹਨਾਂ ਨੇ ਸਾਰੀ ਦੀ ਸਾਰੀ 2-wheeler